ਆ ਪ੍ਰੋਗਰਾਮ ਮਨ ਕੀ ਬਾਤ ਜਾ ਰਹੀ ਹੈ। ਅੱਗੇ ਖਬਰ ਹੈ ਜੀ, ਹਰਿਆਣਾ ਸਰਕਾਰ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਦੇਵੇਗੀ ਟੈਬਲੇਟ ਤੇ ਇਹ ਸਭ ਇਲੈਕਸ਼ਨ ਸਟੰਟ। ਵੰਡ ਤੋਂ ਹਮੇਸ਼ਾ ਚੌਕਸ ਰਹਿਣ ਦੀ ਲੋੜ, ਚੀਫ ਜਸਟਿਸ ਦੋਹਰਾ ਖਤਮ, ਮੁੱਖ ਮੰਤਰੀ ਨੇ ਉਹਨਾਂ ਸੱਦੇ ਨਾਲ ਤਬਦੀਲੀ ਲਾਗੀ। ਉਹ ਜਿਹੜੇ ਚੀਫ ਜਸਟਿਸ ਨੇ ਲੋਕ ਆਪਣਾ ਸੁਪਰੀਮ ਕੋਰਟ ਦੇ ਬੜੇ ਸਿਆਣੇ ਨੇ, ਆਈ ਸਲੂਟ ਹਿਮ। ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਜ਼ਮੀਨ ਪਰ ਉਠਾਉਣ ਦੀ ਤਿਆਰੀ, ਸੋ ਵਧਾਈਆਂ ਬਾਈ ਜਿਹਨਾਂ ਨੇ ਯਾਤਰਾ ਕਰਨੀ ਹੈ, ਉਹੀ ਰਿਆਸਤ ਮੈਂ ਵੀ ਜਾਵਾਂਗਾ। ਖੇਤੀ ਕਾਨੂੰਨ ਮੁੜ ਲਾਗੂ ਕਰਨ ਲਈ ਸਾਜਿਸ਼ਾਂ ਕਰਨ ਲੱਗੀ ਸਰਕਾਰ ਡੱਲੇਵਾਲ, ਇਹ ਸਭ ਕਿਸਾਨਾਂ ਤੁਹਾਡਾ ਕਸੂਰ ਹੈ। ਪਹਿਲਾਂ ਧਰਨੇ ਮਾਰਦੇ ਰਹੇ ਹੋ, ਫਿਰ ਇਲੈਕਸ਼ਨ ਲੜ ਕੇ ਹਾਰ ਲੈ ਲਈ, ਤੇ ਹੁਣ ਤੁਸੀਂ ਕਹਿੰਦੇ ਹੋ ਸਰਕਾਰ ਸ਼ਾਦ ਕਰਨ ਲੱਗੀ ਹੈ। ਪਹਿਲੇ ਤੁਹਾਡੇ ਹੈ ਨਹੀਂ ਕੱਖ, ਬੰਦੇ ਮਰਵਾਉਣੇ ਤੁਹਾਨੂੰ ਆਉਂਦੇ ਨੇ, ਤੇ ਤੁਸੀਂ ਕੀ ਸਵਾਲ ਤੁਹਾਡੇ ਜਾ ਹੀ ਕੋਈ, ਬੱਚੇ ਤੁਹਾਡੇ ਪਤਲ ਧੋਏ ਪਏ ਨੇ। ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ ਸਿਹਤ ਮੰਤਰੀ ਨੂੰ ਮਿਲੇ ਵਾਰਡ ਅਟੈਂਡੈਂਟ, ਚਲੋ ਮਿਲਣਾ ਹੀ ਪੈਂਦਾ। ਰਣਵੀਰ ਕਪੂਰ ਤੇ ਆਲੀਆ ਭੱਟ ਇੱਕ ਦੂਜੇ ਦੇ ਹੋਏ, ਵਧਾਈਆਂ। ਅੱਗੇ ਆ ਗਿਆ ਜੀ, ਓਵਰ ਏਜ ਬੇਰੁਜ਼ਗਾਰ ਯੂਨੀਅਨ ਨੇ ਮੁੱਖ ਮੰਤਰੀ ਨੂੰ ਸੌਂਪਿਆ ਪੱਤਰ। ਭਗਵੰਤ ਮਾਨ ਜੀ ਕੁਸਿਆਣੀ ਗੱਲ ਕਰਨਾ, ਐਂਟਰ ਕਰਾਇਆ ਜੇ ਨਾ। ਮੁਲਾਜ਼ਮ ਆਗੂਆਂ ਵੱਲੋਂ ਹਰਪਾਲ ਚੀਮਾ ਨਾਲ ਮੁਲਾਕਾਤ, ਚਲੋ ਕਰੀ ਚਲੋ ਭਾਈ, ਵੇਖਦੇ ਹਾਂ ਕਿ ਨਾ ਇਤਨਾ ਹੀ ਪਾਣੀ ਹੈ ਕਿ ਨਹੀਂ ਹੈ। ਐਮ ਐਸ ਪੀ ਗਰੰਟੀ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਮੁਜ਼ਾਹਰੇ, ਸੋ ਕਿਸਾਨਾਂ ਪਰ ਅੰਦੋਲਨ ਵਾਪਸ ਕਰਿਆ ਸੀ ਤੇ ਗਰੰਟੀ ਤੁਹਾਨੂੰ ਮਿਲਣੀ ਸੀ। ਇਹ ਸਾਰੇ ਤੁਸੀਂ ਵੀ ਬੰਦਿਆਂ ਦੌੜਨਾ, ਤੁਹਾਡੇ ਚੋਂ ਸਾਰੇ ਤਾਂ ਨਹੀਂ ਕਈ ਰਲੇ ਹੋਏ ਨੇ। ਪੰਕਜ ਕਪੂਰ ਨੇ ਦੱਸੀਆਂ ਪੁੱਤਰ ਤੇ ਪੋਤੇ ਦੀਆਂ ਸ਼ਰਾਰਤਾਂ, ਸੋ ਇਹ ਬਚਪਨ ਕੇ ਦਿਨ ਬੁਲਾ ਨਾ ਦੇਣਾ, ਅੱਛਾ ਲੱਗਦਾ ਸੁਣ ਕੇ। ਹਰ ਪ੍ਰਧਾਨ ਮੰਤਰੀ ਨੇ ਦੇਸ਼ ਦੀ ਯੋਗਦਾਨ ਦਿੱਤਾ ਮੋਦੀ, ਇਹ ਮੋਦੀ ਸਭ ਬਕਵਾਸ ਕਰਦਾ। ਇਹਨੇ ਜਿਹੜਾ ਪ੍ਰਧਾਨ ਮੰਤਰੀ ਦੇ ਨਾਂ ਤੇ ਮਿਊਜ਼ੀਅਮ ਬਣਾਇਆ ਉਹ ਸਿਰਫ ਵਿਖਾਵਾ, ਗਰੀਬਾਂ ਲਈ ਕਰਨਾ ਕੱਖ ਨਹੀਂ। ਤੇ ਗੁਜਰਾਤ ਚ ਤੇ ਮੁਸਲਮਾਨ ਖਿਲਾਫ਼ ਦੰਗੇ ਕਰਨ ਦੇ ਰਹਿਣਾ, ਘੱਟ ਗਿਣੀ ਦਿਨ ਕੁਚਲਣਾ, ਤੇ ਲੱਗਾ ਵੱਡਾ ਬਣਾ ਕੇ ਪ੍ਰਧਾਨ ਮੰਤਰੀ ਮਿਊਜ਼ੀਅਮ ਬਣਾ ਕੇ ਸ਼ੋਭਾ ਕੱਢਣ, ਉਹ ਕੰਜਰਾ ਤੇਰੀ ਸੀ ਤੇ ਲੋਕੀ ਜਾਣ ਚੁੱਕੇ ਨੇ। ਗੁਜਰਾਤ ਦੇ ਕਾਂਗਰਸੀ ਆਗੂ ਚਾਹੁੰਦੇ ਨੇ ਕਿ ਪਾਰਟੀ ਛੱਡ ਦੇਵਾਂ ਹਾਰਦਿਕ ਪਟੇਲ, ਭਾਈ ਇਹ ਸਿਆਸਤ ਦੀਆਂ ਗੱਲਾਂ ਆਪਾਂ ਕੋਈ ਨਹੀਂ ਲੈਣਾ। ਆਂਧਰਾ ਪ੍ਰਦੇਸ਼ ਰਸਾਇਣ ਫੈਕਟਰੀ 'ਚ ਅੱਗ ਲੱਗੀ ਹੈ, 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਬੜੀ ਮਾੜੀ ਗੱਲ ਹੈ। ਲਾਵਾਰਸ ਪਸ਼ੂਆਂ ਲਈ ਗਊਸ਼ਾਲਾ ਚਾਰੇ ਤੇ ਕੰਮ ਕਰ ਰਿਹਾ ਨੀਤੀ ਯੋਗ, ਚਲੋ ਕਰੀ ਚਲੋ ਭਾਈ। ਮੀਰ ਬੋਮ ਕਤਲੇਆਮ, ਪੈਟਰੋਲ ਪੁੱਜਦਾ ਕਰਨ ਵਾਲਾ ਈ ਰਿਕਸ਼ਾ ਡਰਾਈਵਰ ਗ੍ਰਿਫ਼ਤਾਰ, ਚਲੋ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ। ਦੰਗਾ ਪ੍ਰਵਾਦ ਖਰਗੋਣ ਵਿੱਚ ਕਰਫਿਊ 2 ਘੰਟੇ ਢਿੱਲ, ਵਿਵਸਥਾ ਦੀ ਖਰੀਦਦਾਰੀ ਸਿਰਫ ਔਰਤਾਂ ਨੂੰ ਬਾਹਰ ਨਿਕਲਣ ਦੀ ਆਗਿਆ, ਇਹ ਸਾਰਾ ਪੰਗਾ ਮੋਦੀ ਦਾ ਹੀ ਲਿਆ ਤੇ ਇਹਨੇ ਮੁਸਲਮਾਨਾਂ ਨੂੰ ਕੁਚਲਿਆ, ਉਹ ਵਿਚਾਰੇ ਰਿਐਕਸ਼ਨ ਦੀ ਆ ਗਏ ਨੇ। ਰਿਐਕਸ਼ਨ ਜੋ ਉਹਨਾਂ ਕੀਤਾ ਚੰਗਾ ਨਹੀਂ ਕੀਤਾ, ਪਰ ਘੱਟ ਮੋਦੀ ਕੋਈ ਨਹੀਂ ਆਉਣਾ ਤੇ ਅਜੇ ਵਿਆਖਿਆ ਜਾਰੀ ਹੈ। ਤੇ ਇੱਧਰ ਆ ਗਿਆ ਜੀ, ਮਹਿੰਦਰਾ ਪਿਕਅਪ ਅਤੇ 2 ਮੋਟਰਸਾਈਕਲ ਚੋਰੀ, ਅਵੇਲ ਭਗਵੰਤ ਮਾਨ ਤੁਹਾਡੇ ਰਾਜ ਲਾ ਐਂਡ ਆਰਡਰ ਲੱਭਦਾ ਹੀ ਨਹੀਂ, ਲੱਗਦਾ ਹੈ ਬਸ ਤੁਸੀਂ ਘਰ ਬੈਠੇ ਹੋ, ਰਾਜ ਕੋਈ ਹੋਰ ਹੀ ਚਲਾ ਰਿਹਾ ਕੰਜਰ ਕੋਈ। ਫੈਕਟਰੀਆਂ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ, ਅਵੇਲ ਭਗਵੰਤ ਮਾਨ ਹੋ ਕੀ ਰਿਹਾ ਤੇਰੇ ਰਾਜ ਚ। ਗਹਿਣੇ ਸਵੇਦਾ ਬਾਹਰ ਲੜਕੀ ਗ੍ਰਿਫ਼ਤਾਰ, ਉਹ ਦੱਸ ਭਗਵਾਨ ਨੇ ਕੋਈ ਖ਼ਬਰ ਆਉਂਦੀ ਵੀ ਜਾਇਜ਼ ਅਖਬਾਰ ਚ, ਜਿਉਂ ਦੀ ਤੇਰਾ ਹੋਇਆ ਬੜਾ ਗਰ ਕਰਤਾ ਤੂੰ ਪੰਜਾਬ ਦਾ। ਜੋ ਸੁਧਾ ਨਿਵਾਸੀ ਹੋੜਾ ਨਾਜ ਮੰਡੀ ਪੁੱਜਣਗੇ, ਰੋਜ਼ਗਾਰ ਤੋਂ ਤੁਸੀਂ ਘਰ ਬੈਠਿਆ ਕਰੋ, ਨਾ ਹੀ ਅਪਣੀਆਂ ਮਾਰਿਆ ਕਰੋ, ਤੂੰ ਕੰਜਰ ਆਦਮੀ ਹੈ। ਹੈਰੋਇਨ ਸਮੇਤ ਗ੍ਰਿਫ਼ਤਾਰ, ਤੁਹਾਡੇ ਤਾਂ ਫੜਨਾ ਚਾਹੀਦਾ ਸੀ। ਭੁੱਖੀ ਜੁਰਾ ਬੋਸ ਸਮੇਤ ਗ੍ਰਿਫ਼ਤਾਰ, ਇਹ ਚੰਗੀ ਗੱਲ ਹੈ। ਅਗਲੀ ਖ਼ਬਰ ਆਉਂਦੀ ਹੈ, ਏਰਾਂ ਵਿੱਚ 350 ਏਕੜ ਕਣਕ ਸੜੀ, ਕਿਹਦੀ ਗਲਤੀ ਨਾਲ ਸੜੀ, ਹੁਣ ਫੜ ਕੇ ਲੰਮਿਆਂ ਪਾਓ। ਭੋਗੀਵਾਲ ਵਿੱਚ ਆਗ ਲੱਗਣ 35 ਕਿਲੋ ਸੜਨ ਖੜੀ, ਇਹ ਕੌਣ ਸ਼ਰਾਰਤਾਂ ਕਰ ਰਿਹਾ, ਇਹ ਬੰਦੇ ਬਣਾ ਦਿਓ ਇਹਨਾਂ ਨੂੰ, ਜਿੱਥੇ ਮੈਨੂੰ ਅੱਗੇ ਆਉਣਾ ਪੈਣਾ ਜੀ। ਕਾਂਗਰਸੀ ਕੌਂਸਲਰ ਦੇ ਪਤੀ ਖਿਲਾਫ਼ ਕੇਸ ਦਰਜ, ਕਾਂਗਰਸੀ ਕਿਹੜਾ ਚਾਹੀਦੇ ਨੇ, ਤੇ ਕਾਂਗਰਸੀ ਅਕਾਲੀ ਆਪ ਆਦਮੀ ਪਾਰਟੀ ਮੋਦੀ ਭਾਜਪਾ ਸਭ ਖੋਤੇ ਆਦਮੀ ਨੇ, ਜੰਨੀ ਚਾਹੀਦਾ ਹੈਗਾ, ਬਾਕੀ ਸਾਰੇ ਖੋਤੇ ਹੀ ਨੇ। ਅੰਬੇਦਕਰ ਜਯੰਤੀ ਮੌਕੇ ਸੰਤੀ ਸ਼ਾਹ ਵਕਤਾਂ ਸਮਾਗਮ ਵਧਾਈਆਂ ਹੋਣ, ਪੁਲਿਸ ਸ਼ਦਤ ਦਾ ਮਾਮਲਾ ਵਿਸਾਖੀ ਮੌਕੇ ਵੀ ਧਰਨੇ ਡਟੇ ਰਹੇ, ਫਿਰ ਧਰਨੇ ਕੱਖ ਨਹੀਂ ਬਣਨਾ, ਫੜ ਕੇ ਲੰਮਿਆਂ ਪਾਇਆ ਕਰੋ। ਦਸ਼ਾ ਥਾਣੇ ਦਾਖਲ ਕਰਨ ਨੌਜਵਾਨ ਦੀ ਮੌਤ, ਦੱਸੋ ਭਗਵੰਤ ਮਾਨ ਜੀ ਤੇਰਾ ਚ ਹੋ ਕੀ ਰਿਹਾ। ਸਬ ਇੰਸਪੈਕਟਰ ਨੂੰ ਸੌਂਪੀ ਥਾਣੇ ਕਮਾਣ, ਤੇ ਕੀ ਕਰਦੇ ਪਏ ਸਬ ਇੰਸਪੈਕਟਰ, ਇਹ ਵੇਖੋ ਆਪ ਆ ਕੇ। ਸੜਕ ਹਾਦਸੇ ਚ ਹਲਾਕ, ਬੜੀ ਮਾੜੀ ਖ਼ਬਰ ਹੈ। ਕੇਂਦਰੀ ਟੀਮ ਨੇ ਜਗਰਾਓ ਮੰਡੀ ਚ ਕਣਕ ਦੇ ਨਮੂਨੇ ਲਏ, ਇਹਦੇ ਮਗਰ ਕੋਈ ਸ਼ਰਾਰਤੇ। ਤੇ ਅੱਗੇ ਖ਼ਬਰ ਕੀ ਆਉਂਦੀ ਹੈ, ਮੇਰਾ ਖਿਆਲ ਨਹੀਂ ਵੇਖਿਆ ਬਹੁਤ ਹੈ। ਵਾਹਿਗੁਰੂ ਵਾਹਿਗੁਰੂ।